कच्चे मुलाजम अज बदाम लेके चंडीगढ़ दे विच पंजाब कांग्रेस भवन वल कूच करनगे। दसदे कि सिक्ख्या विभाग के कच्चे मुलाजम बदामां दा थाल लेके अज कांग्रेस भवन पुजणगे। सो कच्चे मुलाजम अज बदाम लेके चंडीगढ़ विच पंजाब कांग्रेस भवन वल कूच करनगे। सिक्ख्या विभाग के कच्चे मुलाजम बदाम दे थाल लेके इत्थे कांग्रेस भवन पुजणगे ते कांग्रसियां नूं बदाम दे के उन्हां दी याददाश्त वापस लियाउण दा यतन करनगे। कैप्टन सरकार के कार्यकाल दे 4 साल पूरे हो रहे ने ते कैप्टन सरकार ने अपने वायदे मुताबिक 4 साल बाद भी कच्चे मुलाजमां नूं पक्के नहीं कीता, जिसका रोस इन्हां मुलाजमां दे विच पाया जा रहा है। सरकार नूं अपने कीते वायदे चेते कराउण दे लई ही इह नवेकला उपराला जिहड़ा है मुलाजमां वल्लों कीता जा रहा है, जिस नूं लैके अज बदाम खाओ याददाश्त वधाओ दा नारा लैके इह कांग्रेस भवन वल कूच करनगे। कांग्रेस नूं बदाम दे के उन्हां दी याददाश्त जिहड़ी है तेज कराउण दी कोशिश कीती जाएगी, उन्हां नूं अपने कीते वायदे चेते कराए जाणगे। दसदे कि कैप्टन सरकार दे कार्यकाल दे 4 साल पूरे हो गए ने ते कैप्टन सरकार ने अपने वायदे मुताबिक 4 सालां बाद भी कच्चे मुलाजमां नूं पक्के नहीं कीता, और इसे दा रोस और इसे वादे नूं चेते कराउण दे लई ही कच्चे मुलाजमां वल्लों अज एक खास तौर ते बदाम दे थाल लैके लिजाया जाएगा ਅਤੇ ਉਹਨਾਂ ਦੀ ਯਾਦਾਸ਼ ਵਾਪਸ ਲਿਆਉਣ ਦਾ ਯਤਨ ਕੀਤਾ ਜਾਏਗਾ। ਤਲੋਚਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਤਲੋਚਨ ਜੀ, ਵੱਖ ਵੱਖ ਮੁਲਾਜ਼ਮ ਵਰਗ ਲਗਾਤਾਰ ਸਰਕਾਰ ਤੋਂ ਨਾਰਾਜ਼ ਪੂਰੇ ਸਾਲ 4 ਸਾਲ ਨਜ਼ਰ ਆਏ ਨੇ, ਔਰ ਅੱਜ ਕੱਚੇ ਮੁਲਾਜ਼ਮ ਆਪਣੇ ਢੰਗ ਦੇ ਨਾਲ ਸਰਕਾਰ ਨੂੰ ਵਾਅਦੇ ਚੇਤੇ ਕਰਾਉਂਦੇ ਨਜ਼ਰ ਆਉਣਗੇ। ਦਰਅਸਲ ਪੰਜਾਬ ਦੇ ਹਜ਼ਾਰਾਂ ਜਿਹੜੇ ਠੇਕੇ ਤੇ ਕੱਚੇ ਤੌਰ ਤੇ ਕੰਮ ਕਰਦੇ ਮੁਲਾਜ਼ਮ ਨੇ, ਉਹਨਾਂ ਦਾ ਬਹੁਤ ਵੱਡਾ ਦੁਖਾਂਤ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਵਿਧਾਨ ਸਭਾ ਚੋਣਾਂ ਚ ਇਕੱਲੇ ਇਕੱਲੇ ਧਰਨੇ ਰੈਲੀ ਚ ਜਾ ਕੇ ਵਾਅਦਾ ਕੀਤਾ ਸੀ ਵੀ ਜੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦੋਗੇ ਉਹ ਪਹਿਲੀ ਦੂਸਰੀ ਕੈਬਨਿਟ ਮੀਟਿੰਗ ਵਿੱਚ ਹੀ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਊਗਾ। ਪਰ 4 ਸਾਲ ਅੱਜ ਮੁਕੰਮਲ ਹੋ ਗਏ ਨੇ। 16 ਮਾਰਚ 2017 ਨੂੰ ਅਮਰਿੰਦਰ ਸਿੰਘ ਹੋਣਾਂ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੱਕੀ ਸੀ, ਪਰ ਅੱਜ ਤੱਕ ਇਹ ਵਿਚਾਰਿਆਂ ਨੂੰ ਰੈਗੂਲਰ ਨਹੀਂ ਕੀਤਾ। ਔਰ ਵੱਡੀ ਗੱਲ ਇਹ ਵੀ ਜਿਹੜੇ ਕੱਚੇ ਤੇ ਠੇਕੇ ਤੇ ਮੁਲਾਜ਼ਮ ਨੇ ਇਹਨਾਂ ਨੂੰ ਬੜੀਆਂ ਨਿਗੂਣੀਆਂ ਤਨਖਾਹਾਂ ਮਿਲਦੀਆਂ ਨੇ, ਔਰ ਆਮ ਕਿਹਾ ਜਾਂਦਾ ਵੀ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਜਿਉਂਦੀਆਂ ਲਾਸ਼ਾਂ ਵਾਂਗ ਜੀਵ ਰਹੇ ਨੇ, ਕਿਉਂਕਿ ਉਹਨਾਂ ਨੂੰ 10-12 ਹਜ਼ਾਰ ਤਨਖਾਹ ਮਿਲਦੀ, ਰੈਗੂਲਰ ਨਹੀਂ ਕੀਤਾ। ਸੋ ਉਹਨੂੰ ਮੁੱਖ ਰੱਖਿਆ ਕਿ ਸਿੱਖਿਆ ਵਿਭਾਗ ਦੇ ਨਾਨ ਟੀਚਿੰਗ ਸਟਾਫ ਜਿਹੜਾ ਜਿਹੜੇ ਪਹਿਲੋਂ ਇਕੱਲੇ ਇਕੱਲੇ ਮੰਤਰੀ ਦੇ ਘਰ ਬਦਾਮ ਲੈ ਕੇ ਗਏ ਸੀ, ਔਰ ਇਹ ਦੋਸ਼ ਲਾਉਂਦੇ ਸੀ ਕਿ ਸ਼ਾਇਦ ਉਹਨਾਂ ਨੂੰ ਸਫਾ ਵਿੱਚ ਆਉਣ ਤੋਂ ਬਾਅਦ ਵਾਅਦੇ ਭੁੱਲ ਗਏ ਨੇ, ਬਦਾਮ ਖਵਾ ਕੇ ਉਹਨਾਂ ਦੇ ਵਾਅਦੇ ਯਾਦ ਕਰਾਵਾਂਗੇ। ਮੰਤਰੀਆਂ ਨੂੰ ਬਦਾਮ ਦੇਣ ਤੋਂ ਬਾਅਦ ਅੱਜ ਉਹ ਕਾਂਗਰਸ ਭਵਨ ਪੰਜਾਬ ਦੇ ਗੇਟ ਮੂਹਰੇ ਆਉਣਗੇ, ਉੱਥੇ ਜਿਹੜੇ ਕਾਂਗਰਸੀ ਹੋਣਗੇ ਉਹਨਾਂ ਦੀ ਕੋਸ਼ਿਸ਼ ਹੋਊਗੀ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਬਦਾਮ ਦੇ ਕੇ ਔਰ ਉਹਨਾਂ ਦੀ ਯਾਦਾਸ਼ ਤਾਜ਼ਾ ਕਰਾਉਣ ਲਈ ਕਿਹਾ ਜਾਵੇ ਕਿ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਸੋ ਬੜੇ ਅਨੋਖੇ ਢੰਗ ਨਾਲ ਅੱਜ ਇਹ ਵਿਚਾਰੇ ਚੰਡੀਗੜ੍ਹ ਆ ਰਹੇ ਨੇ ਬਦਾਮ ਲੈ ਕੇ, ਔਰ ਕਾਂਗਰਸੀਆਂ ਨੂੰ ਬਦਾਮ ਮੁਹੱਈਆ ਕਰਕੇ ਕੋਸ਼ਿਸ਼ ਕਰਨਗੇ ਉਹਨਾਂ ਨੂੰ ਯਾਦ ਕਰਵਾਏ ਜਾਣ ਉਹਨਾਂ ਦੇ ਵਾਅਦੇ ਤੇ ਰੈਗੂਲਰ ਕਰਨ ਦੀ ਮੰਗ ਕੀਤੀ ਜਾਊਗੀ। जी जी, बहुत बहुत शुक्रिया तलोचन जी फिलहाल दी सारी जानकारी ली। सो अज कैप्टन सरकार दे 4 साल पूरे होण ते कच्चे मुलाजम जिहड़े ने बदाम दे थाल ले जाके उन्हां नूं उहनां दे कीते वायदे चेते कराउणगे।